गुड्डू, ओ नूरी, ओ किधर गई हो? ओ इतने माया खड़ा भाने चो, ओ नूरी, ओ किधर मार गई है वे? ओ जवाब ही कहनी, हैं? ए हालात हो गए, ए डूडू शादियां करन दा ए नतीजे ओ मैं डू शादियां कीतियां अपने सुख वास्ते भाई मेरे को सुख देवन हकला मार मार के थक्का खाना नजर नहीं आनी पईयां ना कि जवाब देनिया पईयां ओ बोकल मैं उन्हें खलोता दिया हुन मैं रोटी कौन चाड़वे ते पानी कौन चाड़वे लोग क्या सोचे देन ओ भाई नंबरदार जमींदार बंदा है ते भूखा खड़ा दिया फोन करके पता करे ना हेलो ओ तुआडे दुहा भैणा नाल मैं शादी करके ना जलील थी अखणा किदे वदिए वे तुआडी मां मुंजी बैठी आई तो कथा कहनी पर नंबरदार आवणा ले को रोटी पानी देवणी है तुआडी मां सडवा कीता आई इसे गल तू मैं तंग आ अखणा ए मैं तो दस देवा ओ जेले मैं तुन फोन करे ना घर तू बाहर होनी है वे हैं तुम शर्म नहीं आती इससे गल तू मैं तंग आया हां मैं खुद खुशी कर दे मैं तो कुछ सेना पिया केशा चलो वाल आके मेरी लाश देख से ते को पता लग सी भाई ये मैं ड्रामे करे ना ए देख हुन मेरी मौज ते पापड़ सो ओ आज सच्ची मुच्ची दा मैं खुद खुशी करे ना पिया और तुम्हारे तू तंग आके करे ना पिया खुद खुशी ए मैं ते को दसा जा ओ मैं स्प्रे पी के मरदा पिया आके मंजी ते मेरी लाश देख सो ठीक है ओ नंबरदार तू सियाना बंदा है गवेड़ कर ओ कोई मां ही होवे ना दीन रोजाना रोजाना घर नहीं सडवेंदी भाई ओ अपने घर वसावे ए किदे वेनियन आई बहाना बना कुड़ी मुची ना भाई फो तो मड़ाला इना को पता लगे मेरे नाल के करेनियन शादी तो पहले तो बढ़िया दिन था तेरे प्यार करेनी है ए करेनी है तेरी जजाद दा सानू मान ही कोई नहीं सानू तेरे नाल प्यार है अज इना दा गवेड़ ला ए के करेनियन तू हुण इत्थे मर खुदकुशी करके ते इन्हां को आ के करेंदिया के हैं अच्छा जोड़ के सेट करे सा इन्हां को पता लगे पर बिल्कुल फोत होया भी अज ने को चेक करे ना भाई ये के ड्रामा करे नी ओ या मेरे मालिक आ ओ मैं ता कुड़ी मुच्चा दा ड्रामा करे ना पिया अपनी औरतां नु चेक करन वास्ते ए ना मैनु सच्ची मुच्ची दा फोत ना कर गी ने हाली मेरी इत्थे बढ़िया लोड़ है हां मकोड़े चक पा गी दे ओ लांते परावन जो हाली मैं जींदा पिया मैं केड़ा सच मुच्ची दा मोया पिया और ना भाई मेरी समाणी को पता लगवे सी ਚੰਗਾ ਹੋਇਆ ਮਰ ਗਿਆ ਕੋੜਾ ਪਿੰਡੂ ਮਰਦੂਦ ਅਸੀਂ ਤੈਨੂੰ ਆਪ ਮਾਰਨਾ ਚਾਹੁੰਦੀਆਂ ਸਾਂ ਚੱਲ ਛੱਡ ਪਰਾਂ ਆਪਾਂ ਤਸਵੀਰਾਂ ਲਈਏ ਥੋੜਾ ਜਿਹਾ ਰੋ ਲਈਏ ਫਿਰ ਤਸਵੀਰਾਂ ਲਵਾਂਗੇ ਹਾਏ ਵੇ ਨੰਬਰਦਾਰਾ ਗੱਲ ਸੁਣ ਇਹ ਤਾਂ ਰੂਹ ਆ ਇਹਨੂੰ ਕੀ ਪਤਾ ਅਸੀਂ ਰੋਂਦੀਆਂ ਪਈਆਂ ਜਾਂ ਨਹੀਂ ਨਾਲੇ ਸਾਨੂੰ ਤਾਂ ਇਹਦੀ ਜਾਇਦਾਦ ਨਾਲ ਸੀ ਸਾਨੂੰ ਕੀ ਲੱਗੇ ਮਰੇ ਜੀਵੇ ਜੋ ਮਰਜ਼ੀ ਹੋਵੇ ਇਹਨੂੰ ਹਾਏ ਲੋਕੀ ਇਹ ਨਾ ਕਹਿਣ ਲੰਬਰਦਾਰ ਦੀਆਂ ਬੁੜੀਆਂ ਰੋਈਆਂ ਨਹੀਂ ਦੀਆਂ ਇਸ ਲਈ ਐਕਟਿੰਗ ਕਰ ਰੋ ਹਾਏ ਵੇ ਨੰਬਰਦਾਰਾ ਹਾਏ ਵੇ ਤੂੰ ਕਿਉਂ ਮਰ ਗਿਆ ਏ ਵੇ ਤੈਨੂੰ ਨਹੀਂ ਮਰਨਾ ਚਾਹੀਦਾ ਸੀ ਹਾਏ ਵੇ ਲੰਬਰਦਾਰਾ ਤੂੰ ਕਿਉਂ ਮਰਿਆ ਤੇਰੇ ਵਰਗਾ ਸੋਨਾ ਸਾਨੂੰ ਲੱਭਣਾ ਵੀ ਨਹੀਂ ਹਾਏ ਲਾ ਕਰੇ ਨਾ ਹੀ ਲੱਭੇ ਵੇਖ ਨਹੀਂ ਕਿੱਡੇ ਸੋਨੇ ਵਾਲ ਕਿੱਡੀਆਂ ਸੋਨੀਆਂ ਮੁੱਛਾਂ ਜਿਵੇਂ ਆਪਾਂ ਨੂੰ ਮਾਜ਼ਾ ਮਾਰਦਾ ਹੀ ਸੌ ਗਿਆ ਏ ਵੇ ਜਿਵੇਂ ਨਿੱਕੇ ਜਿਹੇ ਬਟੇਰੇ ਦਾ ਵਿਆਹ ਹੋਣ ਲੱਗਿਆ ਏ ਵੇਖ ਨਹੀਂ ਇਹਨੂੰ ਰੂਪ ਕਿੰਨਾ ਚੜਿਆ ਹਾਂ
ਗੱਲ ਨਹੀਂ, ਪਹਿਲੇ ਸੈਲਫੀਆਂ ਬਣਾ ਲਈਏ, ਇਸ ਤੋਂ ਪਹਿਲੇ ਕਹਿੰਦਾ ਰੂਪ ਖਰਾਬ ਹੋ ਜਾਵੇ। ਕੋੜਿਆ ਬਿੰਡੂਆ ਵੇ ਤੂੰ ਕਿਉਂ ਮਰ ਗਿਆ ਏ, ਤੇਰਾ ਖਾਨਾ ਖਰਾਬ ਹੋ ਗਿਆ ਏ। ਵੇਖ ਨੀ ਮੇਰ ਦਾ ਮੈਸੇਜ ਆਇਆ ਹੈ। ਕੀ ਕਹਿੰਦਾ ਹੈ? ਉਹ ਕਹਿੰਦਾ ਆਈ ਲਵ ਯੂ ਜਾਨੂ। ਫਟਾਫਟ ਆਈ ਲਵ ਯੂ ਟੂ ਲਿਖ ਦੇ। ਲਿਖਾ ਲਿਖ ਦਿੱਤਾ। ਹਾਏ ਵੇ ਨੰਬਰਦਾਰ ਵੇ ਤੂੰ ਕਿਉਂ ਮਰਿਆ, ਤੈਨੂੰ ਕਿਹੜੀ ਮੈਂ ਤੈਨੂੰ ਕਿਹੜੀਆਂ ਛੇਤੀਆਂ ਸੀ। ਜਵਾਬ ਆ ਗਈ, ਜਵਾਬ ਆ ਗਈ। ਕੀ ਕਹਿੰਦਾ? ਕਹਿੰਦਾ ਏ ਮੈਂ ਵੇਟ ਕਰੂੰਗਾ, ਮੈਂ ਹੱਸੀ ਆਵਾਂਗੀ, ਮੈਂ ਆਊਂਗੀ, ਗੁੱਡੋ ਵੀ ਸਾਥ ਆਏਗੀ। ਡਾਕਟਰ ਨੂੰ ਵੀ ਬੁਲਾ ਲਈ, ਡਾਕਟਰ ਕੋ ਵੀ ਲੇਤੇ ਆਣਾ, ਮੈਂ ਉਸੇ ਬਹੁਤ ਮਿਸ ਕਰ ਰਹੀ ਹੂੰ। ਹਾਏ ਵੇ ਤੂੰ ਕਿਉਂ ਮਰਿਆ ਵੇ ਨੰਬਰਦਾਰ ਵੇ ਤੂੰ ਸਾਨੂੰ ਛੱਡ ਕੇ ਚੱਲਿਆ ਏ, ਵੇ ਕੋੜਵਾ ਪਿੰਡਵਾ ਵੇ ਤੇਰਾ ਖਾਨਾ ਖਰਾਬ ਹੋ ਜਾਏ। ਹੋਲੀ ਬਸ ਕਰ, ਹੋਏ ਕਿੰਨਾ ਰੋਵੇਂਗੀ, ਮੇਕਅਪ ਖਰਾਬ ਹੁੰਦਾ ਪਿਆ ਤੇਰਾ। ਨੀ ਕੱਪੜੇ ਤੇ ਸਹੀ ਕਰ ਦੇ, ਭਲੇ ਨੈਟ ਤੇ ਰਹੋ ਨੇ, ਮੇਰੀ ਵਟਸਐਪ ਤੇ ਚੈੱਕ ਕਰ, ਤੂੰ ਮੈਂ ਸਹੀ ਕਰਨੀ। ਅੱਛਾ ਇਹ ਵਟਸਐਪ ਤੇ ਕੀ ਮੈਸੇਜ ਆਇਆ ਏ? ਪੜ ਹਮਲਾ, ਸਾਲਗਿਰਾ ਮੁਬਾਰਕ ਹੋ। ਉਹਨੂੰ ਕਹਿ ਤਿੰਨ ਵੀ ਢੇਰ ਢੇਰ ਮੁਬਾਰਕ, ਆਪਕੋ ਵੀ ਢੇਰ ਢੇਰ ਮੁਬਾਰਕ ਹੋ। ਅੱਛਾ ਗੁੱਡੋ, ਮੇਰਾ ਤੇ ਇਰਾਦਾ ਹੈ ਉਹਨਾਂ ਨੂੰ ਇੱਥੇ ਬੁਲਾ ਲਈਏ। ਕਿਉਂ ਭਲਾ, ਇਹ ਲਾਸ਼ ਨੂੰ ਵੀ ਤੇ ਕਿਤੇ ਅੰਨੇ ਬੰਨੇ ਲਾਉਣਾ ਹੈ ਨਾ, ਇਹਦਾ ਕੀ ਕਰੀਏ? ਆਹੋ ਉਹਨਾਂ ਨੂੰ ਇੱਥੇ ਬੁਲਾ ਲਿਆ, ਉਹਨਾਂ ਨੂੰ ਕਹਿ ਤੁਸੀਂ ਇੱਥੇ ਆ ਜਾਓ। ਮੈਂ ਫੋਨ ਕਰਦੀ। ਆਹੋ ਨਾਲੇ ਇਹਨੂੰ ਮੈਂ ਦਫਨਾ ਕੇ ਮਗਰੋਂ ਲਾ ਲਾਂਦੇ ਮੂੰਹ। ਹੈਲੋ ਮੈਰ, ਲੰਬਰਦਾਰ ਮਰ ਗਿਆ ਈ, ਮੁਬਾਰਕਾਂ ਹੋਣ ਮੁਬਾਰਕਾਂ ਤੈਨੂੰ, 700 ਵਾਰੀ ਮੁਬਾਰਕਾਂ ਹੋਣ, ਤੂੰ ਆ ਜਾ। ਅੱਛਾ ਅੱਛਾ, ਇਹਨੂੰ ਮਗਰੋਂ ਵੀ ਲਾਣਾ ਏ ਤੇ ਡਾਕਟਰ ਨੂੰ ਲੈਂਦਾ ਆਈ। ਠੀਕ ਏ, ਇਹਨੂੰ ਪਹਿਲੇ ਮਗਰੋਂ ਲਾਈਏ ਤੇ ਫਿਰ ਆਪਾਂ ਬੈਂਡ ਬਾਜੇ ਵਜਾਈਏ, ਛੇਤੀ ਆ ਜਾ। ਅੱਛਾ ਮੈਂ ਰੱਖਦੀ ਹਾਂ। ਹਾਏ ਵੇ ਨੰਬਰਦਾਰ ਹਾਏ ਵੇ ਨੰਬਰਦਾਰ ਵੇ ਤੂੰ ਸਾਨੂੰ ਬਹੁਤ ਸੇ ਪਿਆਰਾ, ਵੇ ਤੈਨੂੰ ਕੀ ਹੋ ਗਿਆ? ਵੇ ਨੰਬਰਦਾਰ ਵੇ ਸਾਨੂੰ ਤੇਰਾ ਹੀ ਸੀ ਸਹਾਰਾ, ਵੇ ਤੂੰ ਕਿਉਂ ਰੱਬ ਨੂੰ ਹੋ ਗਿਆ ਪਿਆਰਾ? ਵੇ ਨੰਬਰਦਾਰ ਹਾਏ ਨੀ, ਗੱਲ ਸੋਨੀ ਰੋਈ ਜਾਨੀ ਹੈ। ਮੈਰ ਵੀ ਆ ਰਿਹਾ ਤੇ ਡਾਕਟਰ ਵੀ ਆ ਰਿਹਾ, ਅਸੀਂ ਕੋਈ ਦੇਸੀ ਘਿਓ ਦੇ ਹਲਵੇ ਸ਼ਲਵੇ ਕੋਈ ਖੀਰ ਖੂਰ ਬਣਾ ਲਈਏ ਉਹਨਾਂ ਵਾਸਤੇ। ਅੱਛਾ ਤੂੰ ਰੁਕ ਜਾ, ਉਹ ਆ ਲੈਣ ਫਿਰ ਪੁੱਛ ਕੇ ਨਾ ਕੋਲੋਂ ਨਾ ਬਣਾਵਾਂਗੇ, ਇਹਨੇ ਮੋਏ ਨੇ ਵੱਖਰਾ ਸਾਨੂੰ ਗੱਲਾਂ 'ਚ ਲਾਇਆ। ਹੋਰ ਕੀ, ਮੈਂ ਚੈੱਕ ਕਰ ਹਾਂ ਬਲਾ ਇਹਦੇ 'ਚ ਹੈ ਵੇ, ਤੇ ਹੈ ਵੇ ਤੈਨੂੰ ਥੋੜ੍ਹਾ ਜਿਹਾ ਹੋਰ ਪਿਆ ਦੇ, ਕਿੰਨੇ ਉੱਠ ਕੇ ਨਾ ਜਾਏ। ਕਦੋਂ ਹੈ ਇਹਦੇ ਵਿੱਚ, ਸਾਰਾ ਪੀ ਗਿਆ, ਫੌਤ ਹੋਇਆ ਪਿਆ ਵੇ। ਹਾਏ ਵੇ ਨੰਬਰਦਾਰ ਵੇ ਕੁਛ ਤਾਂ ਬੋਲ, ਵੇ ਤੂੰ ਪੂਰੀ ਪੀ ਗਿਆ ਏ, ਅੱਧੀ ਤਾਂ ਪੀਵੇ ਆ, ਤੁਹਾਡੇ ਬਚ ਤਾਂ ਜਾਵੇ ਆ। ਵੇ ਅਸੀਂ ਹੁਣ ਤੇਰੀਆਂ ਸ਼ਰੀਫ ਬੀਵੀਆਂ ਕਿੱਧਰ ਨੂੰ ਜਾਵਾਂਗੀਆਂ, ਅਸੀਂ ਤੇ ਕਦੀ ਘਰੋਂ ਬਾਹਰ ਪੈਰ ਹੀ ਨਹੀਂ ਪਾਇਆ। ਡਾਕਟਰ ਡਾਕਟਰ ਨੰਬਰਦਾਰ ਮਰ ਗਿਆ ਈ, ਮਰ ਗਿਆ ਮਰ ਗਿਆ। ਮੁਬਾਰਕਾਂ 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 ਮੁਬਾਰਕਾਂ। ਵੇ ਡਾਕਟਰਾ ਤੂੰ ਤਾਂ ਡਾਕਟਰ ਏ, ਇਹਨੂੰ ਚੈੱਕ ਕਰ, ਇਹ ਹਰਾਮ ਦਾ ਕਿਤੇ ਜਿੰਦਾ ਨਾ ਹੋਏ। ਚੈੱਕ ਕਰ ਚੈੱਕ ਕਰ ਇਹਨੂੰ। ਇਹਨੂੰ ਤੇ ਮਰੇ ਨੂੰ 3 ਦਿਨ ਹੋ ਗਏ ਆ। ਯਾ ਵੇ ਲਖੁੱਟੇ ਆ, ਅੱਧਾ ਘੰਟਾ ਪਹਿਲਾਂ ਤੈਨੂੰ ਮੈਨੂੰ ਫੋਨ ਕੀਤਾ ਤੇ 3 ਦਿਨ ਕਿਵੇਂ ਇਹਨੂੰ ਮਰੇ ਨੂੰ ਹੋ ਗਏ? ਆਹੋ ਆਹੋ, ਮੇਰਾ ਮਤਲਬ ਅੱਧਾ ਘੰਟਾ ਹੋ ਗਿਆ ਮਰੇ ਨੂੰ। ਮਰ ਗਿਆ ਮਰ ਗਿਆ, ਮੁੱਕ ਗਿਆ ਮੁੱਕ ਗਿਆ, ਮਗਰੋਂ ਲਿਖਾ ਤੁਹਾਡੇ ਜਾਨ ਛੁੱਟੀ ਇਹਦੇ ਤੋਂ। ਓ ਮੁਬਾਰਕਾਂ ਓ ਮੁਬਾਰਕਾਂ। ਵੈਸੇ ਮੈਂ ਕਹਿੰਦਾ ਮਠਿਆਈ ਸਟਾਈ ਲੈ ਆਈਏ ਤੇ ਵੰਡੀਏ ਪਿੰਡ 'ਚ। ਤੁਸੀਂ ਦੱਸੋ ਤੁਸੀਂ ਖਾਣਾ ਕੀ ਏ? ਉਹ ਖਾ ਪੀ ਵੀ ਲਵਾਂਗੇ, ਪਹਿਲੇ ਇਹਦਾ ਬੰਦੋਬਸਤ ਕਰੀਏ, ਇਹਨੂੰ ਕਿਤੇ ਪੂਰੀਏ ਛੁਰੀਏ। ਨਹੀਂ ਵੇ ਨਹੀਂ, ਮਸੀਤੇ ਲਾਮ ਕਰਾਉਂਦੇ ਹਾਂ, ਦੱਸਣੇ ਹਾਂ ਲੋਕਾਂ ਨੂੰ ਫੌਤ ਹੋ ਗਿਆ ਹੈ, ਇਵੇਂ ਅਗਰ ਅਸੀਂ ਇਹਨੂੰ ਦਫਨਾਵਾਂਗੇ ਨਾ ਤੇ ਲੋਕੀ ਸਾਡੇ ਤੇ ਸ਼ੱਕ ਕਰਨਗੇ। ਉਹ ਨਹੀਂ, ਜੇ ਐਲਾਨ ਕਰਾਇਆ ਨਾ ਤੇ ਫਿਰ 2 ਮਹੀਨੇ ਇੱਦਾਂ ਤੁਹਾਨੂੰ ਬਹਿਣਾ ਪਏਗਾ। ਮੇਰਾ ਮਤਲਬ ਹੈ ਕਿ ਇਹਨੂੰ ਇੱਥੇ ਪੂਰ ਛੂਰ ਕੇ ਆਪਾਂ ਛੇਤੀ ਛੇਤੀ ਵਿਆਹ ਕਰ ਲੈਂਦੇ ਹਾਂ। ਹਾਂ ਇਹ ਗੱਲ ਠੀਕ ਕੀਤੀ ਇਹਨੇ, ਪੂਰੋ ਪਰੇ ਜਲਦੀ ਜਲਦੀ। ਹੈਲੋ ਇੱਧਰ ਗੱਲ ਸੁਣ, ਓਏ ਆਪਾਂ ਸੈਰ 'ਤੇ ਜਾ ਕੇ ਕੋਈ ਮੀਟਿੰਗ ਕਰੀਏ ਕਿ ਇਹਨੂੰ ਪੂਰਨਾ ਕਿੱਥੇ ਆ, ਆਓ ਮੇਰੇ ਨਾਲ। ਹਾਂ ਆਓ ਆ ਜਾਓ। ਵਾਗਣ ਵਾਗਣ ਇਹ ਜਣੇ ਮਰ ਗਏ,
ਉਹ ਤੁਹਾਡਾ ਬਣਵਈਆ ਜੀਜਾ ਜੀ ਮੈਂ ਜਾਗਦਾ ਪੀਆਂ ਉਹ ਮੈਂ ਡਰਾਮਾ ਕੀਤੀ ਪੀਆਂ ਹਾਂ ਇਹਦੇ ਕਰੇ ਨਾ ਆਪਣੇ ਸਹੁਰੇ ਕੋ ਫੋਨ ਦੱਸੇ ਨਾ ਬਈ ਆਪਣੀ ਧੀਆਂ ਦੇ ਕਰਤੂਤ ਦੇਖ ਘਰੋਂ ਤਾਂ ਦੇ ਦਿੰਦੇ ਪਰ ਨਾ ਕਿ ਅੱਗੇ ਕਿ ਕਰਤੂਤ ਕਰੇ ਨਹੀਂ ਇਹਨੂੰ ਹੈਲੋ ਅਕਾਰ ਬੁਲਾਉਂਦਾ ਪੀ ਉਹ ਤੇਰਾ ਜਮਾਈ ਬੁਲਾਉਂਦਾ ਪਿਆ ਨੂਰੀ ਦਾ ਘਰ ਵਾਲਾ ਜਿਹੜੀ ਦਿੱਤੀ ਆਈ ਉਹ ਹਾਂ ਹਾਂ ਉਹ ਦੁਹਾਂ ਤੇਰੀ ਧੀਆਂ ਦਾ ਗੁੱਡੋ ਦਾ ਹੀ ਅਤੇ ਨੂਰੀ ਦਾ ਹੀ ਆ ਤੂੰ ਤਾਂ ਦਾਵੇਂ ਮੇਰੀਆਂ ਧੀਆਂ ਬਣੀਆਂ ਨੇਕ ਨਿਮਾਜ਼ੀਆਂ ਪਰੇਜ਼ੀਆਂ ਆ ਤੈਨੂੰ ਆਪਣੀ ਧੀਆਂ ਤੇਰੀ ਦੁਹਾਂ ਦੇ ਨੂਰੀ ਦੇ ਅਤੇ ਗੁੱਡੋ ਦੇ ਕਰਤੂਤ ਦਿਖਾਵਾਂ ਹਾਂ ਅਤੇ ਜਲਦੀ ਆਵਣ ਦੇ ਕਰੇ ਉਹ ਮੈਂ ਕੂੜੀ ਮੁੱਚੀ ਦਾ ਪੀਆਂ ਮਰਿਆ ਕੀਤੀ ਪੀਆਂ ਡਰਾਮਾ ਉਹ ਸੱਡੀ ਖਣੇ ਨਾ ਆਪਣੇ ਯਾਰਾਂ ਕੋ ਇਹ ਨੋਵਨ ਮੇਰੇ ਕੋ ਦਫਨਾ ਛੋੜਨ ਉਹ ਦਫਨਾਵਣ ਤੋਂ ਪਹਿਲਾਂ ਤੂੰ ਜਲਦੀ ਆ ਹਾਂ ਹਾਂ ਪਿਛਲੇ ਪਾਸੇ ਬਾਣੇ 'ਚ ਤੇਰੀ ਧੀ ਨੂਰੀ ਮੈਂ ਫਦਵਾਵਾਂ ਮੌਕੇ ਦੇ ਆ ਹਾਂ ਜਲਦੀ ਆ ਅਤੇ ਨੂਹੇ ਧੀਆਂ ਮੌਕੇ 'ਤੇ ਫਦਾਵਾਂ ਆਵੜ ਦੀ ਕਰ ਜਿਹੜੀਆਂ ਨੇਕ ਬਣਾਈ ਵਧੇ ਧੀਆਂ ਨੂਰੀ ਸਾਥ ਲਾ ਲਵ ਦੂਰ ਲੈ ਕੇ ਜਾਂਦੇ ਆ ਕੋਈ ਕੱਟੂ ਛੱਟੂ ਲੱਭੋ ਕਿਸੇ ਪਾਸੇ ਇੰਤਜ਼ਾਮ ਕਰੀਏ ਇਹ ਰੋਲਾ ਛੇਤੀ ਛੇਤੀ ਮਕਾਈਏ ਗੱਟੂ ਚ ਕਿਵੇਂ ਪੂਰਾ ਆਊ ਓਏ ਭੋਰਾ ਟਿੱਡਾ ਜਿਹਾ ਤਾਂ ਹੈਗਾ ਕਿੱਦਾਂ ਪੂਰਾ ਆਊ ਉਹ ਆ ਜਾਊਗਾ ਬਸ ਤੂੰ ਛੇਤੀ ਕੋਈ ਕੱਟੂ ਛੱਟੂ ਦਾ ਇੰਤਜ਼ਾਮ ਕਰ ਆਪਾਂ ਕਰੀਏ ਆ ਉੱਠੋ ਫਿਰ ਚੱਲੀਏ ਉਹ ਯਾਰ ਕੋਈ ਗੱਟੂ ਛੱਟੂ ਤਾਂ ਲੈ ਲਓ ਉਹ ਗੱਟੂ ਮੈਂ ਚਾ ਕੇ ਲਿਆਉਂਦੀ ਹਾਂ ਚੁੱਕ ਨਹੀਂ ਗੱਟੂ ਚੁੱਕ ਇਹਨੇ ਦੇ ਮਸ਼ਵਰੇ ਲੰਬੇ ਹੋ ਗਏ ਇਹ ਨਵੇਂ ਉਹਦਾ ਪਿਓ ਹਾਲੇ ਤਾਂ ਕੋਈ ਨਹੀਂ ਆਇਆ ਇਹਨੇ ਪਿਓ ਤੋਂ ਆਉਣ ਤੋਂ ਪਹਿਲੇ ਮੈਨੂੰ ਦਫਨਾ ਦੇਵੇ ਉਹ ਨੰਬਰਦਾਰ ਤੂੰ ਆਪ ਕੁਝ ਕਰ ਕੁਛ ਵੀ ਨਹੀਂ ਉਹ ਬਸ਼ੀਰਾ ਨਹੀਂ ਉਹਦਾ ਪਿਓ ਨਜ਼ੀਰ ਉਹ ਤੇ ਉੱਠ ਕੇ ਟੁਰ ਪਿਆ ਸੀ ਅੱਗੇ ਸੁਣੋ ਉਹਦੇ ਭਰਾ ਨੇ ਉਹਨੂੰ ਐਵੇਂ ਹੱਥ ਲਾਇਆ ਉਹ ਵੀ ਮੌਕੇ ਤੇ ਹੀ ਮਰ ਗਿਆ ਅੱਛਾ ਐ ਫੜ ਨੇ ਗੱਟੂ ਇਹਨੂੰ ਫੜ ਮੈਂ ਓ ਮੈਂ ਕਿਉਂ ਫੜਾਂ ਮੈਂ ਮਰਨਾ ਚਾਹਨੀ ਆ ਮੈਂ ਤਾਂ ਨਹੀਂ ਮਰਨਾ ਹਾਲੇ ਓਏ ਚੱਲ ਚੱਲ ਪਾ ਗੱਟੂ ਚੁੱਕ ਲਾਸ਼ ਪਾ ਓ ਭਾਈ ਮੈਂ ਤੇ ਨਹੀਂ ਮੈਂ ਡਾਕਟਰ ਮੈਂ ਮਰਨਾ ਹੀ ਯਾਰ ਯਾਰ ਤੂੰ ਪਾ ਦੇ ਤੂੰ ਪਾ ਦੇ ਮੈਂ ਪਾ ਦਾਂ ਠੀਕ ਹੈ ਤੇਰਾ ਤੇ ਮਰਨਾ ਟਾਈਮ ਹੈ ਪਾ ਦੇ ਮੈਂ ਇਹ ਤੂੰ ਪਾ ਤੇਰਾ ਮੈਂ ਕਹਿੰਦਾ ਜੀਂਦਿਆਂ ਦੇ ਨਾਲ ਤਾਂ ਤੁਸੀਂ ਇਦਾਂ ਫਿਰਦੀਆਂ ਸੀ ਹੁਣ ਪਾ ਦਿਓ ਇੱਕ ਮਿੰਟ ਦੀ ਗੱਲ ਵਿਆਹ ਕਰ ਸਾਡੇ ਨਾਲ ਬੜਾ ਸ਼ੌਕ ਤੇ ਲਾਸ਼ ਨਹੀਂ ਪਾ ਸਕਦੇ ਓਏ ਗੱਲ ਸੁਣੋ ਸੋਟੀ ਲਾਇਓ ਸੋਟੀ ਨਾਲ ਗੱਟੂ ਚ ਪਾਉਂਦੇ ਆ ਉਹਦੇ ਨਾਲ ਤਾਂ ਕੁਛ ਨਹੀਂ ਹੁੰਦਾ ਹਾਂ ਠੀਕ ਹੈ ਤੂੰ ਸਿਆਣਾ ਬੰਦਾ ਲੋ ਇਧਰ ਇਧਰ ਡਾਕਟਰ ਆਪਣੀ ਲਾਸ਼ ਦੇਖ ਤੂੰ ਲੱਗਦਾ ਨਲਕਾ ਚੱਲਦਾ ਪਿਆ ਨਲਕਾ ਲਵਾ ਦੇ ਠੱਡੀ ਛਾ ਤੇ ਬਕਵਾਸ ਨਾ ਕਰ ਇਦਾਂ ਦੇ ਕੰਮ ਕਰਨ ਦਾ ਟਾਈਮ ਐਕਟਿੰਗ ਨਾ ਕਰੋ ਪਾਓ ਇਹਨੂੰ ਵਿੱਚ ਹੈ ਫੜਕਣ ਤੇ ਆਏ ਛੋਟੀ ਲਾ ਉੱਤੇ ਲਾ ਪਰਲੀ ਲਾ ਚੁੱਕ ਚੁੱਪ 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 ਓਏ ਜਦੋਂ ਮੁਰਗੀ ਹਲਾਇਲ ਕਰਦਾ ਨਾ ਕਸਾਈ ਉਸ ਟਾਈਮ ਉਹ ਕਿਵੇਂ ਫੜਕਦੀ ਹੁੰਦੀ ਹੈ ਇਹ ਉਸੇ ਤਰ੍ਹਾਂ ਇਹਦੀ ਜਾਨ ਨਿਕਲਦੀ ਹੈ ਇਹ ਫੜਕਣ ਦਿਆ ਐ ਬਸ ਥੋੜ੍ਹੀ ਦੇਰ ਲੱਗਣੀ ਹੈ ਐਨੇ ਠੰਡਾ ਹੋ ਜਾਣਾ ਫਿਰ ਆਪਾਂ ਨੂੰ ਗੱਟੂ 'ਚ ਪਾਉਂਦੇ ਹਾਂ ਠੀਕ ਹੈ ਹਾਂ ਸੇਵ ਕਰੋ ਇਹਦਾ ਸਿਰ ਗੱਟੂ 'ਚ ਪਾਓ ਤੇ ਲੱਤਾਂ ਬਾਅਦ 'ਚ ਪਾ ਦੇਣਾ ਇੰਜ ਕਰ ਲੈਣੇ ਇੰਜ ਕਰ ਲੈਣੇ ਉੱਧਰ ਦੀ ਚੱਲ ਉਹਨੂੰ ਛੱਡੋ
ਤੁਹਾਨੂੰ ਪਤਾ ਲੱਗੇ ਨਿਕਲੋ ਤੂੰ ਕੁੱਤਿਆਂ।